ਹਿਮਾਂਸ਼ੀ ਖੁਰਾਨਾ ਇੱਕ ਅਜਿਹੀ ਪੰਜਾਬੀ ਮਾਡਲ ਅਤੇ ਐਕਟਰੈਸ ਤੇ ਨਾਲ ਦੇ ਨਾਲ ਹੀ ਸਿੰਗਰ ਜਿਸ ਨੂੰ ਲੋਕੀ ਬੇਹੱਦ ਜ਼ਿਆਦਾ ਪਸੰਦ ਕਰਦੇ ਨੇ। ਹਿਮਾਂਸ਼ੀ ਖੁਰਾਨਾ ਦਾ ਗਾਣਾ ਹਾਈ ਸਟੈਂਡਰਡ ਲੋਕਾਂ ਨੇ ਬੇਹੱਦ ਜ਼ਿਆਦਾ ਪਸੰਦ ਕੀਤਾ ਔਰ ਹੁਣ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਹਿਮਾਂਸ਼ੀ ਖੁਰਾਨਾ ਦੀ ਹਾਲ ਹੀ ਦੇ ਵਿੱਚ ਇੰਸਟਾਗ੍ਰਾਮ ਤੇ ਅਪਲੋਡ ਹੋਈ ਉਹ ਫੋਟੋ ਜਿਸ ਤੋਂ ਬਾਅਦ ਹਿਮਾਂਸ਼ੀ ਖੁਰਾਨਾ ਦੀ ਹੋਈ ਬਹਿਸ ਆਨਲਾਈਨ। ਦੱਸ ਦੇ ਤੁਹਾਨੂੰ ਕਿ ਇਸ ਫੋਟੋ ਦੇ ਉੱਤੇ ਜੈਜ਼ ਕੌਰ ਨਾਮ ਦੀ ਕੁੜੀ ਨੇ ਇੱਕ ਕਮੈਂਟ ਕੀਤਾ ਜਿਸ ਦੇ ਵਿੱਚ ਉਸਨੇ ਹਿਮਾਂਸ਼ੀ ਖੁਰਾਨਾ ਨੂੰ ਟੈਗ ਕਰਕੇ ਲਿਖਿਆ, ਕਮੈਂਟ ਡਿਲੀਟ ਕਰਨ ਨਾਲ ਜੋ ਤੁਸੀਂ ਲੱਗ ਰਹੇ ਹੋ ਉਹ ਨਹੀਂ ਬਦਲ ਜਾਣਾ, ਆਈ ਮੀਨ ਟੂ ਸੇ ਕਾਲ ਗਰਲ। ਔਰ ਇਸ ਦੇ ਰਿਪਲਾਈ ਦੇ ਵਿੱਚ ਹਿਮਾਂਸ਼ੀ ਖੁਰਾਨਾ ਨੇ ਜਵਾਬ ਦਿੱਤਾ ਉਸ ਕੁੜੀ ਨੂੰ ਟੈਗ ਕਰਕੇ, ਮਿਸ ਆਈ ਰਿਸਪੈਕਟ ਕਾਲ ਗਰਲਸ, ਦੇ ਆਰ ਸੈਟਿਸਫਾਈਂਗ ਦੋਜ ਹੂ ਕੈਨ ਬੀ ਰੇਪਿਸਟ, ਚੈੱਕ ਕਰ ਲਓ ਕੀ ਪਤਾ ਘਰ ਦੇ ਬਣਦੇ ਹੀ ਹੋਣ, ਸੋ ਕਾਲ ਗਰਲ ਡਿਜ਼ਰਵਸ ਰਿਸਪੈਕਟ, ਯੂ ਆਰ ਟੋਟਲੀ ਯੂਜ਼ਲੈਸ ਚੀਪ ਪਰਸਨ ਹੂ ਹੈਜ਼ ਨਥਿੰਗ ਟੂ ਡੂ। ਯਾਨੀ ਕਿ ਮੂੰਹ ਤੋੜ ਜਵਾਬ ਦਿੱਤਾ ਹਿਮਾਂਸ਼ੀ ਖੁਰਾਨਾ ਨੇ ਉਸ ਜੈਜ਼ ਕੌਰ ਨਾਮ ਦੀ ਲੜਕੀ ਨੂੰ। ਔਰ ਇਸ ਤੋਂ ਬਾਅਦ ਹਿਮਾਂਸ਼ੀ ਖੁਰਾਨਾ ਦੇ ਫੈਨਸ ਵੀ ਉਤਰੇ ਇਸ ਲੜਾਈ ਦੇ ਵਿੱਚ। ਕਿਸੇ ਨੇ ਲਿਖਿਆ, ਚੈੱਕ ਕਰ ਲਓ ਸ਼ਾਇਦ ਮੁੰਡਾ ਫੇਕ ਆਈਡੀ ਬਣਾ ਕੇ ਬੈਠਾ ਹੋਵੇ, ਕਾਲ ਗਰਲ ਵੀ ਇੱਕ ਕੰਮ ਹੈ। ਔਰ ਕਿਸੇ ਨੇ ਜੈਜ਼ ਕੌਰ ਨੂੰ ਲਿਖਿਆ, ਵਨ ਮੋਰ ਥਿੰਗ, ਆਈ ਥਿੰਕ ਯੂ ਆਰ ਨੋਟ ਹੈਪੀ ਵਿਦ ਯੋਰ ਲਾਈਫ, ਸੋ ਯੂ ਆਰ ਟਰਾਇੰਗ ਟੂ ਮੈਸ ਅਰਾਊਂਡ, ਆਈ ਵਿਲ ਪ੍ਰੇ ਫੋਰ ਯੋਰ ਹੈਪੀਨੈਸ। ਔਰ ਕਿਸੇ ਨੇ ਲਿਖਿਆ, ਕਹਿ ਕੇ ਲੈ ਲਈ ਖੁਰਾਨਾ ਜੀ ਕੀ। ਯਾਨੀ ਕਿ ਉਹਨੇ ਉਲਟਾ ਹੀ ਹਿਮਾਂਸ਼ੀ ਖੁਰਾਨਾ ਨੂੰ ਟ੍ਰੋਲ ਕੀਤਾ ਔਰ ਜੈਜ਼ ਕੌਰ ਨੂੰ ਸਪੋਰਟ ਕੀਤਾ। ਫਿਲਹਾਲ ਇਸ ਕਮੈਂਟ ਤੋਂ ਬਾਅਦ ਤੁਹਾਡੀ ਕੀ ਪ੍ਰਤੀਕਿਰਿਆ ਹੈ, ਸਾਨੂੰ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸੋ।